ਸਿੱਖੀ ਨਹੀਂ ਲੜਨਾ, ਕੌਮ ਨਹੀਂ ਲੜਨਾ, ਠੀਕ ਆ ਮੇਰੇ ਭਰਾ? ਉਹ ਲਹਿਰ ਬਹੁਤ ਗਲਤ ਆ, ਉਹ ਸ਼ਾਮਾਂ ਨੂੰ ਲੱਥ ਜਾਂਦੀ ਫਿਰ ਤੰਗ ਕਰਦੀ ਆ। ਹੁਣ ਮੈਨੂੰ ਇਹ ਨਾ ਕਹਿੰਦੇ ਵੀ ਤੈਨੂੰ ਕਿੰਨਾ ਕਿਵੇਂ ਪਤਾ ਇੰਨਾ, ਕਿਉਂਕਿ ਮੈਨੂੰ ਗੈਗ ਟੱਕਰਦੀ ਬਹੁਤ ਆ। ਕੇ ਪੁਸ਼ ਪਿਆਰ ਨਾਲ ਮੰਨਣਾ, ਕੇ ਭੀਮਰ ਚ ਆਵੇ ਫੈਰ ਨਹੀਂ, ਉਦੋਂ ਨੀ ਮਜਾਲ ਤੇਰਾ ਮੰਨਦਾ ਨੀ ਸ਼੍ਰੀ ਹੁੰਦੀ ਜਦੋਂ ਲਹਿਰ ਨਹੀਂ। ਅਜੇ ਤੋਂ ਜੇਲ ਚੋਂ ਨਾ ਮਿੱਠੀਏ ਕਰਾਉਣਾ ਪੈ ਜੇ ਫੋਨ ਨਹੀਂ, ਤੇ ਆ ਕੇ ਹਿੱਕ ਨਾਲ ਲੱਗ ਮੈਨੂੰ ਆਉਣ ਦੇ ਸਕੂਨ ਨਹੀਂ, ਤੇ ਚੀਕਾਂ ਮਰਵਾਉਂਦਾ ਹੀ ਪੁੱਤ ਛਿੰਦੇ ਦਾ ਨਹੀਂ ਆਂਟੀਆਂ ਦਾ ਮੱਚਦਾ ਤੜਾ, ਜੇ ਤੇਰੇ ਬਾਪੂ ਦੀ ਆ ਸ਼ੌਪ ਸੁਨਿਆਰੇ ਦੀ ਨੀ ਗੱਭਰੂ ਤੋਂ ਪੁੱਤਲ ਬੜਾ। ਕੇ ਮਿੱਠੀਏ ਡਰਾਉਣ ਰਾਹੀਂ ਡਿੱਗਦੇ ਆ ਪਿੰਡ ਮੇਰੇ ਸਿੱਧੇ ਸੰਦਨੀ, ਉਸ ਪਿੰਡ ਚ ਨੀ ਤਾਰੇ ਕਿਤੇ ਚਮਕੇ ਵਾ ਜਿੱਥੇ ਆਚੜਾ ਤੇ ਚਾਂਦਨੀ, ਇੱਕ ਗੱਭਰੂ ਮਜੀਠੇ ਤੋਂ ਸਾਡੀ ਗੱਭਰੂ ਮਜੀਠੇ ਵਾਲਾ ਜਾਣਿਆ ਤੇ ਦੂਜਾ ਆ ਬਟਾਲੇ ਕੋਲ ਦਾ ਤੇ ਦੂਜਾ ਜਿੰਦੀਪੁਰ ਕੋਲ ਦਾ। ਹੈਲੋ ਹੈ ਸਾਰਿਆਂ ਨਾਲ ਚੰਗੀਆਂ ਨੀ ਸਾਡੇ ਚ ਨੀ ਕੋਈ ਬੋਲਦਾ, ਉਦੋਂ ਤੱਕ ਨੀ ਉਹ ਬਾਗੀ ਤੇਰਾ ਮੰਨਦਾ ਨੀ ਸ਼ਿੰਦਾ ਜਿੰਨਾ ਚਰਿਆ ਖੜਾ, ਜੇ ਤੇਰੇ ਬਾਪੂ ਦੀ ਆ ਸ਼ੌਪ ਸੁਨਿਆਰੇ ਦੀ ਨੀ ਗੱਭਰੂ ਤੋਂ ਪਿੱਤਲ ਬੜਾ। ਕਿ ਭਾਵੇਂ ਬੁਰਾ ਲੱਗੇ ਜੱਟੀਏ ਹਾਏ ਗੱਲ ਮੂੰਹ ਤੇ ਕਹਿੰਦੇ ਆ, ਉੱਥੇ ਮੇਲਾ ਲੱਗ ਜਾਂਦਾ ਜਿੱਥੇ ਆਪਾਂ ਬਹਿੰਦੇ ਆ, ਇਹ ਬੜੇ ਖਾਂਦੇ ਮਿੱਤਰਾਂ ਤੋਂ ਖਾਰ ਬਲੀਏ ਤੇ ਸੱਚੀ ਹਾਲੇ ਬੜੇ ਹਾਨੇ ਖਾਣੀ ਆ, ਹੋਇਆ ਕਿ ਜੇ ਮਿੱਤਰਾਂ ਤੋਂ ਅੱਗੇ ਲੰਘ ਗਏ ਨੀ ਸਾਲੇ ਲੱਗੇ ਨੀ ਤੇ ਲੱਗੇ ਲੱਤਾਂ ਖਾਣੀਆਂ। ਕਿ ਕੱਥੇ ਜਾਣ ਤਰੀਕਾਂ ਉੱਤੇ ਕੱਠੇ ਅੰਮ੍ਰਿਤਸਰ ਗੇੜਾ, ਅੰਮ੍ਰਿਤਸਰ ਕਿਹਦਾ ਕਿਹਦਾ ਗੇੜਾ ਲੱਗਦਾ ਫਿਰ, ਕਿ ਗੱਭਰੂ ਬਾਰੇ ਜਾਣਦਾ ਨੀ ਜੋ ਦੱਸ ਏਰੀਆ ਕਿਹੜਾ, ਜਾ ਮੋਹਾਲੀ ਜਾ ਪਿੰਡ ਮੋਟਰ ਉੱਤੇ ਪੱਕੇ ਟਿਕਾਣੇ ਯਾਰ ਦੇ ਨੰਬਰ ਨਹੀਂ, ਇਹ ਗੱਭਰੂ ਕੋਲ ਪੁਰਾਣੇ ਯਾਰ ਦੇ ਨੰਬਰ ਨਹੀਂ, ਇਹ ਸ਼ਹਿਰ ਅੰਮ੍ਰਿਤਸਰ ਦਾ ਆ ਗੱਭਰੂ ਪੱਕਾ ਜੇਲ੍ਹ ਵਿੱਚ ਡੇਰਾ, ਕਿ ਉਮਰ ਕੈਦ ਬੋਲੀ ਝੋਟੇ ਨੂੰ ਡੱਕ ਕੇ ਰੱਖੂ ਕਿਹੜਾ, ਤੇ ਪੰਜ ਸੱਤ ਕਤਲਾਂ ਦੇ ਕੇਸ ਬੋਲਦੇ ਦਿਲ ਵਿੱਚ ਭੋਰਾ ਡਰ ਨਹੀਂ ਤੂੰ ਧੰਦਾ ਪੈ ਲੈਣ ਦੇ, ਅਏ ਜੇਲ ਬਰੇਕ ਆ ਕਰਨੀ ਨੀ ਧੰਦਾ ਪੈ ਲੈਣ ਦੇ। ਮੈਂ ਤੁਹਾਡੇ ਕੋਲ 4 ਵਜੇ ਆ ਜਾਣਾ ਸੀ, ਉੱਥੇ ਥੋੜ੍ਹਾ ਜਿਹਾ ਸਿਸਟਮ ਹੀ ਖਰਾਬ ਹੋ ਗਿਆ ਯਾਰ, ਫਿਰ ਮੈਂ ਗਾਉਣ ਲੱਗ ਗਿਆ, ਮੈਂ ਹੁਣ ਜੇ 10 ਮਿੰਟ ਨਾ ਗਾਇਆ ਤੇ ਫਿਰ ਉਹਨਾਂ ਕਹਿਣਾ ਇੱਦਾਂ ਭੱਜ ਗਿਆ, ਤੂੰ ਯਕੀਨ ਕਰਿਓ ਮੈਂ ਕੱਪੜੇ ਦੀ ਗੱਡੀ 'ਚ ਚੇਂਜ ਕੀਤੇ ਆ ਕਿਉਂਕਿ ਮੈਂ ਲੇਟ ਬੜਾ ਹੋ ਗਿਆ। ਕੱਠੇ ਜਾਣ ਤਰੀਕਾਂ ਉੱਤੇ ਕੱਠੇ ਅੰਮ੍ਰਿਤਸਰ ਗੇੜਾ, ਕੱਠੇ ਜਾਣ ਤਰੀਕਾਂ ਉੱਤੇ ਗੱਭਰੂ ਬਾਰੇ ਜਾਣਦਾ ਨਹੀਂ ਜੋ ਪੱਕੇ ਟਿਕਾਣੇ ਯਾਰ ਦੇ ਨੰਬਰ ਨਹੀਂ, ਆ ਗੱਭਰੂ ਕੋਲ ਪੁਰਾਣੇ ਆ ਗੱਭਰੂ ਕੋਲ ਪੁਰਾਣੇ।
ਵਿੱਚੋਂ ਭਰ ਕੇ ਮੈਗਜ਼ੀਨ ਜੱਟ ਨੇ ਚਾਲੇ ਪਾਏ ਜੀਣ ਮਰਨ ਤਾਈ ਸਾਜ ਜਨਾ ਦਾ ਗੱਡੀ ਵਿੱਚ ਬਿਠਾਏ ਭਾਰੀ ਪੈਰੀ ਯਾਰ ਮੇਰੇ ਤੇ ਕਿਸੇ ਸੁਨੇਹੇ ਲਾਏ ਫੜ ਲੋ ਹੋ ਗਈ ਚੱਟੀਏ ਗੱਭਰੂ ਫੈਰ ਚਲਾਏ ਯਾਰੀ ਪਿੱਛੇ ਹਿੱਲਣ ਦਾ ਚੁੱਪ ਹੋਰਾਂ ਨਹੀਂ ਆਉਂਦੇ ਸ਼ਿਨੀ ਮਿਲਣੀ ਹਾਰਦੀਏ ਵਰਗਾ ਚੁੱਪ ਸਤੀ ਧੀ ਦੇ ਵਰਗਾ ਚੁੱਪ ਸੌਦਾ ਕਥੇ ਦੱਬਦਾ ਛੰਦੇ ਦੇ ਮੁੰਡੇ ਦਾ ਉਹ ਤੋੜ ਕਿਤੇ ਨਹੀਂ ਦੱਬਦਾ ਛੰਦੇ ਦੇ ਮੁੰਡੇ ਦਾ ਸੀ ਪਿੰਡ ਚੋਪਰ ਦਾ ਵਿੱਚ ਕਮਾਦ ਦੇ ਡੇਰਾ ਤੇ ਸ਼ੀਤਲ ਸ਼ੀਤਲ ਕਹਿੰਦੀ ਦੁਨੀਆ ਸੀ ਆਰ ਪੀ ਪਾ ਲਿਆ ਇੱਕ ਤਾੜੀਆਂ ਯਾਰ ਭਰਾਵਾ ਮੈਂ ਗਾਉਣ ਲੱਗ ਪਿਆ ਉੱਥੇ ਗਿਆ ਸੀ ਉਹ ਕਹਿੰਦੇ ਅਸੀਂ ਇਹ ਨਹੀਂ ਸੁਣੀ ਮੈਂ ਤੇ ਆਹੀ ਗਾਉਂ ਬਾਬਾ ਜੀ ਸਾਧਨਾ ਸੱਦ ਲਓ ਨਹੀਂ ਤੁਹਾਡੀ ਮਰਜ਼ੀ ਸਾਡੀ ਕੌਮ ਦੇ ਸ਼ਹੀਦ ਕੇ ਸ਼ੀਤਲ ਸ਼ੀਤਲ ਕਹਿੰਦੀ ਦੁਨੀਆ ਸੀ ਆਰ ਪੀ ਪਾ ਲਿਆ ਘੇਰਾ ਤੇ ਦੂਤ ਦੇ ਮੁੱਢ ਚ ਮੋਰਚਾ ਸਿੰਘ ਦਾ ਓਏ ਹੱਥ ਖੜੇ ਕਰਵਾ ਗਿਆ ਗੱਭਰੂ ਤੁਰ ਚੱਲਿਆ ਸਾਡੇ ਨਾਲ ਲਾ ਕੇ ਸੂਰਮਾ ਤੁਰ ਚੱਲਿਆ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਬਾਬਾ ਜੀ ਸਾਡੇ ਇਲਾਕੇ ਦੀ ਸ਼ਾਨ ਬਹੁਤ ਵੱਡੀ ਸ਼ਹੀਦੀ ਪਾਈ ਹੈ
ਸਾਡੇ ਇਲਾਕੇ ਦੀ ਸ਼ਾਨ, ਸਾਡੀ ਸਿੱਖ ਕੌਮ ਦਾ ਮਹਾਨ ਯੋਧਾ। ਤਾੜੀਆਂ ਮਾਰੋ ਇੱਕ ਵਾਰੀ ਖੁੱਲ ਕੇ। ਹਾਂਜੀ ਚੋਬਰੋ, ਭਾਈ ਅਵਤਾਰ ਸਿੰਘ ਜੀ ਬ੍ਰਹਮਾ, ਪਤਾ ਕਿਸੇ ਨੂੰ? ਬਾਬਾ ਜੀ ਨੂੰ ਪਤਾ ਹੋਣਾ, ਪਰ ਤੁਸੀਂ ਵੀ ਸਰਚ ਕਰਿਆ ਕਰੋ ਯਾਰ ਕਿ ਸਿੰਘ ਅਵਤਾਰ ਬ੍ਰਹਮਾ ਸੀ। ਮੈਂ ਪਹਿਲਾਂ ਵੀ ਬੇਨਤੀ ਕਰਕੇ ਹਟਿਆ ਕਿ ਸਿੱਖੀ ਨਹੀਂ ਲੜਨਾ, ਕੌਮ ਲਈ ਲੜਨਾ, ਪੰਜਾਬ ਲਈ ਲੜਨਾ, ਪ੍ਰਗਿਆ ਨਾਲ ਨਹੀਂ ਲੜਨਾ ਬਾਬਾ ਜੀ। ਇਹ ਵੇਖਣਾ ਕਿ ਆਪਾਂ ਕਿਹੜੀ ਕੌਮ ਦੇ ਵਾਰਸ ਹਾਂ। ਮੈਂ ਦੋ ਮਿੰਟ ਗੱਲ ਕਰਨਾ ਤੁਹਾਡੇ ਨਾਲ। ਆਪਾਂ ਇਹ ਵੇਖਣਾ ਆਪਾਂ ਕਿਹੜੀ ਕੌਮ ਦੇ ਵਾਰਸ ਹਾਂ, ਸਾਡੇ ਪੁਰਖਿਆਂ ਨੇ ਕੀ ਕੀਤਾ। ਸਾਡੇ ਲਈ ਬਗਾਨਾ ਕੋਈ ਨਹੀਂ ਹੈ, ਸਾਰਿਆਂ ਨੂੰ ਦਿਲੋਂ ਪਿਆਰ, ਸਾਰਿਆਂ ਨੂੰ ਸਤਿਕਾਰ, ਜਿੰਨੇ ਵੀ ਸਾਰਿਆਂ ਦੇ ਨਾਂ ਦੇ, ਪ੍ਰਬੰਧਕ ਕਮੇਟੀ ਦੇ ਨਾਂ ਤੇ ਤਾੜੀਆਂ ਲਾ ਦਿਓ। ਆਹ ਮੇਰੇ ਭਰਾ ਖੜੇ ਆ ਪੰਜਾਬ ਪੁਲਿਸ, ਇੰਨੀ ਗਰਮੀ ਦੇ ਵਿੱਚ ਇਹਨਾਂ ਦੇ ਨਾਮ ਤੇ ਤਾੜੀਆਂ ਲਓ। ਸਾਡੇ ਲਈ ਸਾਰੇ ਸਤਿਕਾਰ ਹੀ ਹੋਗਾ। ਨਸ਼ਾ ਨਹੀਂ ਕਰਨਾ ਮੇਰੇ ਵੀ, ਨਸ਼ਾ ਕਿਹੜੀ ਚੀਜ਼ ਦਾ? ਨਸ਼ਾ ਤੁਹਾਨੂੰ ਤੁਹਾਡੇ ਕੰਮ ਦਾ ਹੋਣਾ ਚਾਹੀਦਾ ਯਾਰ, ਕਿ ਤੁਸੀਂ ਸ਼ਾਮਾਂ ਨੂੰ ਘਰ ਜਾਣਾ, ਆਪਣੇ ਬੇਬੇ ਬਾਪੂ ਨੂੰ ਖੁਸ਼ ਕਰਨਾ। ਤੁਸੀਂ ਸਾਰੇ ਸਟਾਰ ਹੋ, ਜੇ ਆਪਣੇ ਮਾਂ ਪਿਓ ਦੇ ਕਹਿਣੇ 'ਚੋਂ ਆਪਣੇ ਮਾਂ ਪਿਓ ਦੀ ਗੱਲ ਮੰਨਦੇ ਹੋ ਤਾਂ ਤੁਸੀਂ ਸਾਰੇ ਸਟਾਰ ਹੋ। ਚਾਹੇ ਲੱਖਾਂ ਰੁਪਈਏ ਦੇ ਦਿਓ, ਸ਼ਾਮ ਨੂੰ ਆ ਕੇ ਰੱਜ ਕੇ ਘਰੇ ਚੁੱਲ੍ਹੇ 'ਚ ਲੱਤਾਂ ਮਾਰੀਆਂ, ਬੇਬੇ ਨੂੰ ਗਾਲਾਂ ਕੱਢ ਲਈਆਂ, ਬਾਪੂ ਨੂੰ ਗਾਲਾਂ ਕੱਢ ਲਈਆਂ, ਲਾਹਨਤ ਐਸੀ ਜਵਾਨੀ 'ਤੇ। ਹਾਂਜੀ ਸਾਰੇ ਆਉਣਗੇ ਬਾਬਾ ਜੀ। ਸੋ ਪੰਜਾਬ ਲਈ, ਸਿੱਖੀ ਲਈ ਲੜਨਾ, ਸਿਆਣੇ ਬਣਨਾ, ਜਿੰਨਾ ਵੀ ਨੌਜਵਾਨ ਯੂਥ ਮੇਰੇ ਭਰਾ ਖੜੇ ਆ, ਬੇਨਤੀ ਕਰੂੰਗਾ ਹੱਥ ਜੋੜ ਕੇ ਕਿ ਗਲਤ ਰਾਹੇ ਨਹੀਂ ਜਾਣਾ। ਕਿ ਸਿੰਘ ਅਵਤਾਰ ਬ੍ਰਹਮਾ ਸੀ, ਮਾਝੇ ਦੀ ਧਰਤੀ ਦਾ ਜਾਇਆ, ਓਏ ਜਿਹਨੇ ਰਾਹ ਕੱਟਣਾ ਚਰਨਾ, ਓਏ ਮਿੱਤਰਾ ਜਾਜ ਸੀ ਡਾਇਆ। ਉਹ ਪਤਾ ਕਿਹਨੂੰ ਵੰਗਾਰਦੇ ਸੀ? ਉਹ ਅਸਮਾਨ ਨੂੰ ਵੰਗਾਰ ਦਿੰਦੇ ਸੀ, ਵੈਰੀ ਨੂੰ ਵੰਗਾਰ ਦਿੰਦੇ ਵੀ ਥੱਲੇ ਆ, ਸਿੱਧਾ ਸਿੱਧਾ ਵੇਖ ਲਾ, ਜਿੱਦਾਂ ਮਰਜ਼ੀ ਪਿੱਠ ਤੇ ਵਾਰ ਨਾ ਕਰੀ। ਕਹਿੰਦਾ ਸਿੰਘ ਅਵਤਾਰ ਬ੍ਰਹਮਾ ਸੀ, ਓਏ ਮਾਝੇ ਦੀ ਧਰਤੀ ਦਾ ਜਾਇਆ, ਓਏ ਜਿਹਨੇ ਰਾਹ ਕੱਟਲਾਂ ਚਰਨਾ, ਕਿ ਮਿੱਤਰਾ ਜਾਜ ਸੀ ਡਾਇਆ। ਅਸੀਂ ਮੌਤ ਚੁਕਾ ਦਿੱਤੀ, ਤੇ ਖਾਂਦੇ ਨਹੀਂ ਭੈ ਮਿੱਤਰਾ, ਓਏ ਦੱਸ ਅਸਮਾਨ ਵੰਗਾਰ ਦਈਏ, ਫਿਰ ਤੂੰ ਕਿਹੜੀ ਸ਼ੈ ਮਿੱਤਰਾ, ਓਏ ਦੱਸ ਅਸਮਾਨ ਵੰਗਾਰ ਦਈਏ, ਓਏ ਫਿਰ ਤੂੰ ਕਿਹੜੀ ਸ਼ੈ ਮਿੱਤਰਾ। ਆ ਮਤੇ ਆਲਸੀ ਪਿੰਡ ਚੋਬਰ ਦਾ ਵਿੱਚ ਕਮਾਦ ਦੇ ਡੇਰਾ, ਦੀ ਸੂਰਮਿਆਂ ਦੀ ਗੱਲ ਸੁਣਾਉਣ ਦਾ ਵੀ ਉੱਥੇ ਸਵਾਦ ਆਉਂਦਾ ਜਿੱਥੇ ਸੁਣ ਕੇ ਲੂਈ ਕੰਡੇ ਖੜੇ ਹੋਣ, ਤੇ ਜਿੱਥੇ ਸੁਣਨ ਵਾਲੇ ਹੀ ਨਾ ਹੋਣ ਫਿਰ ਮੈਂ ਸੁਣਾਉਂਦਾ ਵੀ ਨਹੀਂ, ਵੀ ਨਹੀਂ ਇਹ ਤਾਂ ਕੁਛ, ਇਹ ਤਾਂ ਕਹਿੰਦੇ ਗੰਦ ਮੰਦੀਗਾ। ਸੋ ਮੈਨੂੰ ਪਤਾ ਤੁਹਾਡੇ ਲੂਈ ਕੰਡੇ ਖੜੇ ਹੋਏ, ਤੁਹਾਨੂੰ ਸਵਾਦ ਆ ਰਿਹਾ, ਇੱਕ ਵਾਰੀ ਤਾੜੀਆਂ ਮਾਰ ਦਿਓ ਆਪਣੇ ਨਾਂ ਦੇ। ਆਲਸੀ ਪਿੰਡ ਚੋਬਰ ਦਾ ਵਿੱਚ ਕਮਾਦ ਦੇ ਸ਼ੀਤਲ ਸ਼ੀਤਲ ਕਹਿੰਦੀ ਦੁਨੀਆ, ਊਠ ਦੇ ਮੋਢ ਚ ਮੋਰਚਾ ਸਿੰਘ ਦਾ, ਹੱਥ ਖੜੇ ਕਰਵਾ ਕੇ ਹੱਥ ਪ੍ਰੂ ਤੋਂ ਚੱਲਿਆ, ਚੱਲਿਆ
ਚੱਲਿਆ ਯੋਤਾ ਵਾਲਾ ਸੋਫਾ ਕਿੱਥੇ ਰੁਕਦਾ ਸੋਫਾ ਕਿੱਥੇ ਰੁਕਦਾ ਓਹ ਸੋਫਾ ਕਿੱਥੇ ਰੁਕਦਾ ਸੋਫਾ ਕਿੱਥੇ ਰੁਕਦਾ ਓਹ ਸੋਫਾ ਕਿੱਥੇ ਰੁਕਦਾ ਓਹ ਤਿਬੜੂ ਗੜਦੀ ਜੇਲ ਚ ਮਿੱਤਰਾ ਛੋਟਾ ਰੁਕਦਾ ਓਹ ਖੁੰਦਰਾ ਗਾਵ ਚ ਯੋਤਾ ਵਾਲਾ ਸਰਦੇ ਨਹੀਂ ਓ ਰੱਖੀ ਮਿੱਠੀਏ ਭਾਜੀ ਸਭ ਦੀ ਮੋੜੀ ਨੀ ਅਣਖਾ ਵਾਲਿਆਂ ਦੀ ਉਮਰ ਹੁੰਦੀ ਆ ਉਮਰ ਹੁੰਦੀ ਆ ਜੱਟਦਾ ਅਲੜੇ ਮੌਤ ਗਲੇ ਨਾਲ ਲਾਈ ਆ ਝੁਕਿਆ ਨੀ ਪੁੱਤ ਜੱਟਦਾ ਅਲੜੇ ਮੌਤ ਗਲੇ ਨਾਲ ਲਾਈ ਖੱਬੀ ਖਾਨ ਸੀ ਬਣਦੇ ਜਿਹੜੇ ਦੁਨੀਆਂ ਵੇਖ ਵਖਾਈ ਯੁਰਤਾਂ ਵਾਲੇ ਗੀਤ ਗਾਏ ਨਹੀਂ ਉਹ ਗਾਇਆ ਪੁਰਜਾ ਟੋਟਾ ਤੇ ਗੱਡੀ ਦੇ ਵਿੱਚ ਚੱਲਦਾ ਬਾਪੂ ਬਲਕੌਰ ਦਾ ਝੋਟਾ ਇੱਕ ਤਾੜੀਆਂ ਸਿੱਧੂ ਦੇ ਨਾਮ ਦੇ ਕੇ ਟੋਪ ਤੇ ਜਿਹੜੇ ਖੜੇ ਸੀ ਬਾਹੋਂ ਫੜ ਕੇ ਥੱਲੇ ਤਾਰੇ ਨੀ ਯੱਟਨੇ ਪਿਸਟਲ ਚੋਂ ਉਹ ਫਰਮਾਨ ਸੇ ਮਾਰੇ ਨੀ ਯੱਟਨੇ ਉਹ ਫਰਮਾਨ ਸੇ ਮਰ ਗਏ ਕਈ ਗੱਭਰੂ ਚਕਾਉਂਦੇ ਬੱਲੀਏ ਨੀ ਯਾਰ ਬਣ ਬਣ ਵੈਰੀ ਤੁਰੇ ਆਉਂਦੇ ਬੱਲੀਏ ਹਲਕਾਂ ਚ ਹੱਥ ਬਿਲੋ ਡਾਏ ਹੋਇਆ ਨੀ ਟੀਕੇ ਲਾ ਤੇ ਜਿਹੜੇ ਕੁੱਤੇ ਹਲਕਾਏ ਹੋਇਆ ਕੇ ਪਤਾ ਨਹੀਂ ਉਹ ਮੌਤ ਕਦੋਂ ਜੱਫੀ ਪਾਲਵੇ ਹਾਏ ਮੈਨੂੰ ਫਿਕਰ ਰਹਿੰਦਾ ਆ ਮੇਰੀ ਬੇਬੇ ਭੋਲੀ ਦਾ ਕੇ
ਤੇਰੇ ਹੱਥਾਂ ਦੀਆਂ ਲੀਕਾਂ ਤੇ ਤਰੱਕੀ ਲਿਖੀਆ ਤੇ ਮੱਥੇ ਵਿੱਚ ਲਿਖਿਆ ਨਿਸ਼ਾਨ ਗੋਲੀ ਦਾ ਮਰ ਕੇ ਕਈ ਗੱਭਰੂ ਚਕਾਉਂਦੇ ਬੱਲੀਏ ਨੀ ਯਾਰ ਬਣ ਬਣ ਵੈਰੀ ਤੁਰੇ ਆਉਂਦੇ ਬੱਲੀਏ ਨੌਜਵਾਨ ਭਰਾ ਜਿੰਨੇ ਵੀ ਖੜੇ ਆ ਇੱਕ ਬੇਨਤੀ ਕਰੂੰਗਾ ਕਿ ਮੇਲੇ ਦੇ ਮਾਹੌਲ ਨੂੰ ਖਰਾਬ ਨਹੀਂ ਕਰਨਾ ਸਾਰੇ ਪਿੰਡ ਦਾ ਸਹਿਯੋਗ ਆ ਪ੍ਰਬੰਧਕ ਕਮੇਟੀ ਦਾ ਮੇਲਾ ਕਿਹਨਾਂ ਲਈ ਕਰਵਾ ਰਹੇ ਹਾਂ ਤੁਹਾਡੇ ਲਈ ਕੱਲ੍ਹ ਮੈਂ ਇੱਕ ਮੇਲਾ ਲਾਉਣ ਗਿਆ ਸੀ ਅਤੇ ਉੱਥੇ ਦੋ ਗਰੁੱਪ ਲੜ ਪਏ ਆ ਬਹੁਤ ਸਿਰ ਸੁਰ ਖੋਲ੍ਹੇ ਇੱਕ ਦੂਜੇ ਦੇ ਮੈਂ ਫਿਰ ਵੀ ਗਾਉਂਦਾ ਰਿਹਾ ਵੇਟ ਕਰਦਾ ਰਿਹਾ ਪਰ ਉਹ ਲੜਨੋਂ ਨਹੀਂ ਹਟੇ ਫਿਰ ਬੰਦੇ ਦਾ ਮਨ ਦੁਖੀ ਹੋ ਜਾਂਦਾ ਕਿ ਛੱਡ ਯਾਰ ਆਪਾਂ ਅਗਲੀ ਵਾਰੀ ਕਰਵਾਉਣਾ ਨਹੀਂ ਕਿਉਂਕਿ ਤੁਹਾਡੇ ਕਰਕੇ ਕਰਵਾਉਂਦੇ ਆ ਜੇ ਕਿਸੇ ਕਲਾਕਾਰ ਨੂੰ ਸੱਦਿਆ ਲੱਖਾਂ ਰੁਪਈਏ ਦਿੱਤੇ ਤੁਹਾਡੇ ਕਰਕੇ ਪਰ ਜੇ ਮਾਹੌਲ ਨੂੰ ਖਰਾਬ ਕਰਕੇ ਚਲ ਗਏ ਇੰਨੀਆਂ ਪਾਕ ਪਵਿੱਤਰ ਦਰਗਾਹਾਂ 'ਤੇ ਆ ਕੇ ਇਹ ਵਲੀਆਂ ਦਾ ਦਰਬਾਰ ਆ ਬਾਬਾ ਜੀ ਜੇ ਇੱਥੇ ਸ਼ੈਤਾਨੀ ਕਰੋਗੇ ਨਾਲ ਦੀ ਨਾਲ 24 ਘੰਟਿਆਂ 'ਚ ਨਤੀਜਾ ਦੇ ਦੂਗਾ ਤੁਹਾਨੂੰ ਇਹ ਸੱਚੀ ਗੱਲ ਆ ਵੇਖਣਾ ਆ ਇੰਜੋਏ ਕਰਨਾ ਆ ਨਜ਼ਾਰੇ ਲੈਣੇ ਆ ਭੈਣਾਂ ਬੈਠੀਆਂ ਵੀ ਆਪਣੀਆਂ ਭੈਣਾਂ ਆ ਮਾਤਾਵਾਂ ਬੈਠੀਆਂ ਸਤਿਕਾਰ ਕਰਨਾ ਸਾਰਿਆਂ ਦਾ ਮੇਲਾ ਵੇਖਣਾ ਆ ਸ਼ਾਮ ਨੂੰ ਘਰੇ ਜਾਣਾ ਬਸ ਲੜਨਾ ਨਹੀਂ ਕਿਸੇ ਵੀ ਭਰਾ ਨੇ ਕੱਲ੍ਹ ਮੈਂ ਗਾਉਂਦਾ ਰਿਹਾ ਉਹ ਥੋੜ੍ਹਾ ਜੋਸ਼ ਜਾ ਕੇ ਉਹਨਾਂ ਨੇ ਬਹੁਤ ਸਿਰ ਸੁਰ ਖੋਲ੍ਹੇ ਇੱਕ ਦੂਜੇ ਦੇ ਮੈਨੂੰ ਕੀ ਪਤਾ ਸੀ ਭਰਾ ਮੈਂ ਸੈਡ ਸੌਂਗ ਗਾ ਲੈਂਦਾ ਕਿ ਜਿਹਦੀ ਘੂਰ ਤੋਂ ਨੀਵੀਆਂ ਪਾਉਂਦੇ ਸੀਗੇ ਹਾਏ ਜੱਟੀਏ ਵੈਰੀ ਨੀ ਮੇਰੇ ਤੋਂ ਡਿੱਗਿਆ ਜਾਣਾ ਨਹੀਂ ਉਹਨਾਂ ਦੇ ਪੈਰੀ ਨੀ ਜੱਟ ਅੰਬਰੀ ਚਾੜ ਕੇ ਸੁੱਟਿਆ ਤੇ ਤੂੰ ਉਖੜੀ ਪੈਰਾਂ ਤੋਂ ਕਿ ਤੇਰੇ ਇਸ਼ਕ ਨੇ ਮਾਰਿਆ ਕਿੱਥੇ ਮਰਿਆ ਪੈਰਾਂ ਤੋਂ ਹਾਏ ਕੰਮ ਨੀ ਆਉਂਦਾ ਜੱਟਾਂ ਫੇਰ ਨਿਸ਼ਾਨਾ ਕਹਿਰਾਂ ਦਾ ਓਏ ਪੱਟ ਤੇ ਜਦੋਂ ਸਵਾ ਕੇ ਸਾਰੇ ਤੀਰ ਮੁਕਾਉਂਦੀਆਂ ਨੇ ਕਿ ਚੱਕ ਕੇ ਅੱਟ ਦਾ ਪਿਸਟਲ ਗੋਲੀ ਹੱਥੀ ਮਾਰ ਦਵੀ ਉਹ ਦਾਵੀ ਤਾਰਨਾ ਮੁੱਢ ਤੋਂ ਹਾਏ ਯਾਰ ਮਰਾਉਂਦੀਆਂ ਨੇ ਦਾਵੀ ਤਾਰਨਾ ਮੁੱਢ ਤੋਂ ਆ ਮਰੀਜ਼ ਮੇਰੇ ਵਰਗੇ ਵਾਹਵਾ ਜੇ ਜਾਪਦੇ ਹੈ ਤੂੰ ਕੋਲ ਕਿਨਾਰੇ ਡੋਬਿਆ ਸੱਤ ਪਤਣਾ ਦਾ ਤਰੂਨੀ ਇਕੱਲਾ ਚੁਫਰ ਪੈਂਦਾ ਸੀ ਤੇਰੇ ਪਿੰਡ ਤੇ ਭਰੂਨੀ ਤੇਰੀ ਖਾਤਰ ਲੜ ਜਾਂਦੇ ਜੱਟੀਏ ਤਕਦੀਰਾਂ ਨਾ ਜੇ ਤੂੰ ਨਾਲ ਮੇਰੇ ਖੜਦੀ ਮੈਂ ਵੇਖਦਾ ਤੇਰਿਆਂ ਵੀਰਾਂ ਨਾ ਕਿ ਸੱਚ ਸਿਆਣੇ ਕਹਿ ਗਏ ਕੋਈ ਇਤਬਾਰ ਨੀ ਰੰਨਾ ਦਾ ਓਏ ਬਾਜ ਭਰਾਵਾਂ ਭੱਜੀਆਂ ਬਾਵਾਂ ਘਰ ਨੂੰ ਆਉਂਦੀਆਂ ਨੇ ਹਾਏ ਚੱਕ ਕੇ ਅੱਡ ਦਾ ਪਿਸਟਲ ਗੋਲੀ ਹੱਥੀ ਮਾਰ ਦਵੀ ਤਾਰ
ਰੰਨਾ ਮੁੱਢ ਤੋਂ ਹਾਈ ਯਾਰ ਮਰਾਉਂਦੀਆਂ ਨੇ ਕਿ ਉਦਾਂ ਵੀ ਤਾਂ ਰੰਨਾ ਮੁੱਢ ਤੋਂ ਯਾਰ ਮਰਾਉਂਦੀਆਂ ਨੇ ਸੱਚੀ ਗੱਲ ਆ ਬਾਬੇ ਪਰ ਸਾਹਿਬਾ ਕਰਦੀ ਕੀ ਜੇ ਭਰਾ ਮਰਵਾ ਦਿੰਦੀ ਤਾਂ ਵੀ ਗਈ ਨਾ ਮਰਵਾਉਂਦੀ ਤਾਂ ਵੀ ਗਈ ਸਿੱਧੂ ਮਾਰੋ ਤਾੜੀਆਂ ਇੱਕ ਵਾਰੀ ਭਰਾ ਦੇ ਨਾਲ ਕਦੇ ਵਕਤ ਮਿਲੇ ਤਾਂ ਤੂੰ ਮੂਸੇ ਨੂੰ ਆਵੀ ਨੀ ਮੇਰੀ ਰੋਂਦੀ ਹੋਈ ਮਾਂ ਨੂੰ ਤੂੰ ਗਲ ਨਾਲ ਲਾਵੀ ਕੇ ਚਾਹੁੰਦਾ ਤਾਂ ਸੀ ਮੈਂ ਆਇਓ ਦਾ ਬਣਨਾ ਸਹਾਰਾ ਜੱਜ ਨਹੀਂ ਜਾਂਦਾ ਤੇ ਭੁੱਖਾ ਮਰ ਜੂ ਸ਼ੇਰ ਕਦੇ ਵੀ ਚੱਕੀ ਫਿਰਦੇ ਆ ਗੱਲ ਸਾਰੀ ਜਗਰੇ ਤੇ ਆ ਕੇ ਮੁੱਕਦੀ ਆ ਹਥਿਆਰ ਤੇ ਬੱਲਿਆ ਚੌਕੀਦਾਰ ਵੀ ਓਏ ਰੱਖੀ ਫਿਰਦੇ ਆ ਬਹੁਤ ਮਿਹਰਬਾਨੀ ਵੀਰੇ ਧੰਨਵਾਦ ਹੱਥ ਨੀ ਪਾਉਂਦੇ ਡਾਕਟਰ ਪੀ ਜੀ ਆਈ ਦੇ ਜਦੋਂ ਖੰਡਾ ਸਿਰ ਤੋਂ ਧੌਣ ਤੱਕ ਫਿਰ ਲੰਘਿਆ ਹੁੰਦਾ ਏ ਸਾਰੀ ਜਗਰੇ ਤੇ ਆ ਕੇ ਮੁੱਕਦੀਆ ਹਥਿਆਰ ਤੇ ਬੱਲਿਆ ਚੌਕੀਦਾਰ ਵੀ ਰੱਖੀ ਫਿਰਦੇ ਆ ਬਾਕੀ ਦੇ ਰਹਿੰਦੇ ਜਿਹੜੇ ਬਾਲੇ ਕੱਪਿਆ
ਤੇਰਾ ਸ਼ੁਕਰ ਗੁਜ਼ਾਰ ਆ ਜੇ ਜ਼ਿੰਦਗੀ ਰਹੀ ਦੁਬਾਰਾ ਵੀ ਮਿਲਾਂਗੇ ਸੰਤ ਕਈ ਦੱਸਿਆ ਚੱਕ ਤੇ ਧਰਤੀ ਤੋਂ ਖੱਬੀ ਖਾਨ ਕਹੀ ਬੈਠੇ ਜੇਲਾਂ ਦੇ ਵਿੱਚ ਤਾਂ ਹੀ ਉਹ ਅੱਗ ਫੱਕੀ ਫਿਰਦੇ ਆ ਗੱਲ ਸਾਰੀ ਜਗਰੇ ਤੇ ਆ ਕੇ ਮੁੱਕਦੀ ਆ ਹਥਿਆਰ ਤੇ ਬੱਲਿਆ ਕਿ ਸ਼ੇਰ ਪਿਆ ਕੈਦ ਚਾਬੀ ਗਦਿਆਂ ਦੇ ਹੱਥ 'ਚ ਤੇ 80% ਦੋਗਲੇ ਤੇ ਵੀ ਹੱਕ 'ਚ ਓਏ ਇਹਨਾਂ ਨੂੰ ਸਮਝ ਆਊ ਟੈਮ ਆਉਣ ਦੇ ਕੇ ਹੀਰਿਆਂ ਜਿਹੀ ਕੋਵਿਆਂ ਨੇ ਰੋਲੀ ਜਾਂਦੇ ਕੱਖ 'ਚ ਕਿ ਸਾਰੀਆਂ ਕੌਮਾਂ ਦਾ ਭਾਰ ਸਿਰੇ